ਵੱਲੋਂ ਪਿੰਡ ਪੱਧਰ ਅਤੇ ਬਲਾਕ ਪੱਧਰ ਦੇ ਲੋਕਾਂ ਨਾਲ ਆਪਣਾ ਸਿੱਧਾ ਸੰਪਰਕ ਬਣਾਉਣ ਲਈ ਰਾਜੀਵ ਗਾਂਧੀ ਬ੍ਰਿਗੇਡ ਤਹਿਤ ਅੱਜ ਨਵੀਂ ਨਿਯੁਕਤੀਆਂ ਕੀਤੀਆਂ ਗਈਆਂ। ਨਵੇਂ ਅਹੁਦੇਦਾਰ ਨੂੰ ਪੰਜਾਬ ਪ੍ਰਧਾਨ ਹਰੀਸ਼ ਸ਼ਰਮਾ ਅਤੇ ਵਾਈਸ ਪ੍ਰਧਾਨ ਨਰਿੰਦਰਪਾਲ ਸਿੰਘ ਵੱਲੋਂ ਅਹੁਦੇ ਦੇ ਸਰਟੀਫਿਕੇਟ ਦਿੱਤੇ ਗਏ। ਇਹਨਾਂ ਵਿੱਚ ਇੱਕ ਇਸਤਰੀ ਵਿੰਗ ਦੀ ਮਹਿਲਾ ਪ੍ਰਧਾਨ ਸਰਬਜੀਤ ਕੌਰ ਦੀ ਵੀ ਚੋਣ ਕੀਤੀ ਗਈ। ਇਸ ਮੌਕੇ ਪੰਜਾਬ ਪ੍ਰਧਾਨ ਹਰੀਸ਼ ਸ਼ਰਮਾ ਨੇ ਦੱਸਿਆ ਕਿ 2022 ਦੀਆਂ ਚੋਣਾਂ ਦੇ ਮੱਦੇਨਜ਼ਰ ਇਹ ਨਿਯੁਕਤੀਆਂ ਕੀਤੀਆਂ ਗਈਆਂ ਤਾਂ ਜੋ ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਇਆ ਜਾ ਸਕੇ। ਇਸ ਮੌਕੇ ਵਾਈਸ ਪ੍ਰਧਾਨ ਨਰਿੰਦਰਪਾਲ ਸਿੰਘ ਨੇ ਕਿਹਾ ਕਿ ਅੱਜ ਦੀਆਂ ਨਿਯੁਕਤੀਆਂ ਵਿੱਚ ਯੂਥ ਦੇ ਨੌਜਵਾਨ ਅਤੇ ਔਰਤਾਂ ਨੂੰ ਵੀ ਕੰਮ ਕਰਨ ਦਾ ਮੌਕਾ ਦਿੱਤਾ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਪ੍ਰਧਾਨ, ਪੰਜਾਬ ਪ੍ਰਧਾਨ ਜੋ ਜਿਨ੍ਹਾਂ ਨੇ ਸਾਡੀ ਨਿਯੁਕਤੀ ਕੀਤੀ ਆ, ਮੈਂ ਯੂਥ ਵੱਲੋਂ ਚੁਣਿਆ ਗਿਆ ਅਤੇ ਅਸੀਂ ਜੋ ਵੀ ਆਪਾਂ ਪਾਰਟੀ ਨਾਲ ਮਿਲ ਕੇ ਚੱਲਾਂਗੇ ਅਤੇ ਜੋ ਪਾਰਟੀ ਕਹੂਗੀ ਉਹ ਸਭ ਉਹਦੇ ਆਧਾਰ 'ਤੇ ਆਪਾਂ ਕੰਮ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਅੱਜ ਜ਼ਿਲ੍ਹਾ ਤਰਨ ਤਾਰਨ ਹਲਕਾ ਖਡੂਰ ਸਾਹਿਬ ਵਿੱਚ ਮੈਨੂੰ ਆਉਣ ਦਾ ਮੌਕਾ ਮਿਲਿਆ, ਜਿੱਥੇ ਮੈਂ ਯੂਥ ਦੀਆਂ ਕੁਛ ਨਿਯੁਕਤੀਆਂ ਜਿਹੜੀਆਂ ਕੀਤੀਆਂ ਤਾਂ ਕਿ ਆਉਣ ਵਾਲੇ 2022 ਵਾਲਾ ਜਿਹੜਾ ਇਲੈਕਸ਼ਨ ਹੈ, ਸਾਡਾ ਜਿਹੜਾ ਯੂਥ ਹੈ ਸਾਡੀ ਕਾਂਗਰਸ ਪਾਰਟੀ ਨੂੰ ਵਧਾਏ, ਵੱਧ ਤੋਂ ਵੱਧ ਲੋਕਾਂ ਦੇ ਵਿੱਚ ਜਾ ਕੇ ਉਹਨਾਂ ਦੇ ਪਾਰਟੀ ਦੇ ਜਿਹੜੇ ਵਿਚਾਰ ਆ ਉਹ ਦੱਸਣ। ਇਸ ਲਈ ਮੈਂ ਯੂਥ ਨੂੰ ਜਿਹੜਾ ਵੱਧ ਤੋਂ ਵੱਧ ਮੌਕਾ ਦੇ ਰਿਹਾ ਤਾਂ ਕਿ ਜਿਹੜੀ ਯੂਥ ਦੀ ਸੋਚ ਹੈ ਉਹ ਅੱਗੇ ਜਾ ਕੇ ਪਾਰਟੀ ਨੂੰ ਨਵੇਂ ਸਿਰੇ ਤੋਂ ਜਿਹੜੀ ਸਰਕਾਰ ਹੈ ਸਾਡੀ ਬਣੇਗੀ, ਇਹੀ ਮੈਨੂੰ ਯੂਥ ਤੋਂ ਉਮੀਦ ਹੈਗੀ ਹੈ। ਅੱਜ ਮੈਂ 8 ਨਿਯੁਕਤੀਆਂ ਉਰੇ ਕੀਤੀਆਂ, ਜਿਹਦੇ 'ਚ ਇਸਤਰੀ ਵਿੰਗ ਦੀ, ਜ਼ਿਲ੍ਹਾ ਪ੍ਰਧਾਨ ਤਰਨ ਤਾਰਨ ਅਤੇ ਕੁਛ ਹੋਰ ਜਿਹੜੀ ਹੈਗੀ ਆ ਹਲਕੇ ਦੀ, ਸਰਕਲ ਦੀ, ਅਜਨਾਲੇ ਦੀ, ਅਤੇ ਜਿਹਦੇ 'ਚ ਟੋਟਲ ਮੈਂ 8 ਨਿਯੁਕਤੀਆਂ ਕੀਤੀਆਂ। ਬਿਲਕੁਲ ਬਿਲਕੁਲ ਸਰ, ਅਸੀਂ ਜਿਹੜੀ ਬਲੋਕ ਤੋਂ ਲੈ ਕੇ ਸਰਕਲ, ਸਰਕਲ ਤੋਂ ਬਾਅਦ ਪਿੰਡਾਂ 'ਚ ਵੀ ਕੁਛ ਕਮੇਟੀਆਂ ਬਣਾ ਰਹੇ ਹਾਂ। ਜਿਹੜੀ ਸਾਡੀ ਆਲ ਇੰਡੀਆ ਰਾਜੀਵ ਗਾਂਧੀ ਬ੍ਰਿਗੇਡ ਹੈ ਉਹਦੀ ਜਿਹੜੀ ਮੁਹਿੰਮ ਹੈ ਪਿੰਡਾਂ ਤੱਕ ਹੀ ਜਾਏਗੀ। ਵਾਹਿਗੁਰੂ ਜੀ ਕੀ ਫਤਿਹ। ਮੈਂ ਆਲ ਇੰਡੀਆ ਰਾਜੀਵ ਗਾਂਧੀ ਬ੍ਰਿਗੇਡ, ਪੰਜਾਬ ਵਾਈਸ ਪ੍ਰੈਜੀਡੈਂਟ ਨਰਿੰਦਰਪਾਲ ਸਿੰਘ ਭੰਗੂ, ਅੱਜ ਜੋ ਨਿਯੁਕਤੀਆਂ ਕੀਤੀਆਂ ਗਈਆਂ ਤਰਨ ਤਾਰਨ ਏਰੀਏ ਦੇ ਵਿੱਚ ਨਿਯੁਕਤੀਆਂ ਕੀਤੀਆਂ ਗਈਆਂ, ਇੱਕ ਮਹਿਲਾ ਵਿੰਗ ਦੀ ਬੀਬੀ ਪ੍ਰਧਾਨ ਬਣਾਈ ਗਈ ਆ। ਉਹਨਾਂ ਦੇ ਵਿੱਚ ਯੂਥ ਦੇ ਜੋ 4 ਨੌਜਵਾਨ ਆਪਾਂ ਯੂਥ ਦੇ ਬਣਾਏ ਗਏ ਆ, ਇੱਕ ਜ਼ਿਲ੍ਹਾ ਪ੍ਰਧਾਨ, ਵਾਈਸ ਪ੍ਰਧਾਨ, ਇੱਕ ਉਹਨਾਂ ਦਾ ਸਲਾਹਕਾਰ, ਇੱਕ ਉਹਨਾਂ ਦਾ ਸੈਕਟਰੀ, 4 ਜਿਹੜੀਆਂ ਨਿਯੁਕਤੀਆਂ ਉਹ ਕੀਤੀਆਂ ਗਈਆਂ। 3 ਨਿਯੁਕਤੀਆਂ ਅਜਨਾਲੇ ਹਲਕੇ ਤੋਂ ਕੀਤੀਆਂ ਗਈਆਂ, ਉਹਨਾਂ ਦੇ ਵਿੱਚ ਇੱਕ ਯੂਥ ਦਾ ਇੰਚਾਰਜ ਮੁੰਡਾ ਲਾਇਆ ਗਿਆ, ਇੱਕ ਬੀਬੀ ਮਹਿਲਾ ਵਿੰਗ ਦੀ ਜਿਹੜੀ ਆ ਯੂਥ ਪ੍ਰਧਾਨ ਲਾਈ ਗਈ ਆ, ਇੱਕ ਜਿਹੜਾ ਵਾ ਆਪਣਾ ਆਦਮੀ ਆ ਜਿਹੜਾ ਉਹਨੂੰ ਜਿਹੜਾ ਯੂਥ ਪ੍ਰਧਾਨ ਦਾ ਵਾਈਸ ਪ੍ਰਧਾਨ ਬਣਾਇਆ ਗਿਆ ਅਜਨਾਲੇ ਹਲਕੇ ਤੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਤਰਨ ਤਾਰਨ ਤੋਂ ਰਿੰਪਲ ਗੋਇਲ ਦੀ ਰਿਪੋਰਟ, ਲਾਈਵ ਭਾਰਤ। बाबा अजमल खान जी, 11 घंटों में 100% समाधान गारंटी कार्ड के साथ। 2 साल पहले मेरे हस्बैंड की फैक्ट्री में आग लग गई और कंपनी लॉस में चली गई, सब ठीक कर दिया। आज हमारी कंपनी भारत की नंबर 1 एक्सपोर्ट कंपनी है। बिटिया की शादी के लिए जो भी रिश्ते आते वहीं कोई न कोई अड़चन आ जाती, लेकिन की दुआ से आज मेरी बेटी एक बड़े घर की बहू है। मैं पिछले 3 सालों से एक ही पोस्ट पर काम कर रहा था, लेकिन दुआओं से मेरा झट से प्रमोशन हो गया। भटको चाहे जिधर, काम होगा सिर्फ इधर। स्पेशलिस्ट गृह कलेश, तरक्की, प्रेम विवाह, विदेश यात्रा में रुकावट, दुश्मन व सौतन से छुटकारा, जमीन जायदाद, संतान प्राप्ति, मन चाहा वसीकरण, सभी इल्मों के माहिर बाबा अजमल खान जी। कोई भी समस्या क्यों ना हो, एक बार अवश्य मिले।